अज असीं तुहानूं समाज का वह पक्ष दिखावांगे जिसनूं सुन के तुहाडे रोंगटे खड़े हो जाणगे। सहर जगराऊं जिला लुधियाना जीवन वासी दे विच एक छोटी उम्र के बच्चे नाल माड़ी करतूत यानी कि कुकरम होया, जिथे 21वीं सदी दे विच समाज दे विच अज धीआं नहीं सेफ, उत्थे अज छोटे छोटे बच्चे भी नहीं सेफ। तो साढ़े बच्चा मेरे तो पैसे लिया कुरकरे लैन गया, हट्टी कुरकरे लैन गया जा रहा है। तो पांच सत्त घर साढ़े गए, घर साढ़े खब्बे हाथ, तो उन्होंने मुंडे ने मेरे बच्चे जाते अंदर बांह फड़ के खिंच लिया। दोनों के घर च कोई नहीं सीगा, तो मेरे बच्चे नाल उन्होंने वह मूँह बन के भी माड़े कर्म किया उन्हें। असं देखते रहे भी जो सूँ पता लग गया दूजे दिन, तो मैं घर है नहीं, मेरी इन्हें घर घर दसिया भी ममा मेरे ना ਵਿਆਹ ਮੁੰਡੇ ਨੇ ਸੋਨੂੰ ਨੇ, ਸਾਡੇ ਮੁਹੱਲੇ 'ਚ ਰਹਿੰਦਾ ਭੋਲਾ ਮਿਸਤਰੀ, ਉਹਦਾ ਮੁੰਡਾ ਸੋਨੂੰ, ਅਤੇ ਵਿਆਹ ਮੁੰਡੇ ਨੇ ਮੇਰੇ ਨਾਲ ਹਰਕਤ ਕੀਤੀ ਆ ਜੀ। ਕਿ ਦੋਸ਼ੀ ਦੇ ਖਿਲਾਫ਼ ਸਿੰਘੀਨ ਧਰਾਵਾਂ ਦਾ ਪਰਚਾ ਦਰਜ ਹੋ ਚੁੱਕਿਆ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਆ, ਜਿਸ ਨੂੰ ਦੋਸ਼ੀ ਨੂੰ ਪੁਲਿਸ ਨੇ ਜੇਲ੍ਹ ਵੀ ਭੇਜ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਰੰਗਲਾ ਪੰਜਾਬ ਰੇਡੀਓ ਐਂਡ ਟੀ ਵੀ ਵੇਖ ਰਹੇ ਹੋ ਤੁਸੀਂ, ਅਤੇ ਮੈਂ ਹਾਂ ਪੱਤਰਕਾਰ ਰਣਜੀਤ ਸਿੰਘ ਰਾਣਾ। ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਨੇ ਨਸੀਬ ਸਿੰਘ ਬਿਰਕ। ਅੱਜ ਅਸੀਂ ਤੁਹਾਨੂੰ ਸਮਾਜ ਦਾ ਉਹ ਪੱਖ ਦਿਖਾਵਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਸਹਿਰ ਜਗਰਾਊਂ ਜ਼ਿਲ੍ਹਾ ਲੁਧਿਆਣਾ ਜੀਵਨ ਵਾਸੀ ਦੇ ਵਿੱਚ ਇੱਕ ਛੋਟੀ ਉਮਰ ਦੇ ਬੱਚੇ ਨਾਲ ਮਾੜੀ ਕਰਤੂਤ ਯਾਨੀ ਕਿ ਕੁਕਰਮ ਹੋਇਆ, ਜਿੱਥੇ 21ਵੀਂ ਸਦੀ ਦੇ ਵਿੱਚ ਸਮਾਜ ਦੇ ਵਿੱਚ ਅੱਜ ਧੀਆਂ ਨਹੀਂ ਸੇਫ, ਉੱਥੇ ਅੱਜ ਛੋਟੇ ਛੋਟੇ ਬੱਚੇ ਵੀ ਨਹੀਂ ਸੇਫ। ਇੱਕ ਵਾਰ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦਾ ਕਿ 21ਵੀਂ ਸਦੀ ਚੱਲ ਰਹੀ ਹੈ ਜਿੱਥੇ ਅੱਜ ਪੰਜਾਬ ਦੇ ਵਿੱਚ ਧੀਆਂ ਨਹੀਂ ਸੇਫ, ਪਰ ਉੱਥੇ ਪੰਜਾਬ ਦੇ ਵਿੱਚ ਅੱਜ ਛੋਟੇ ਛੋਟੇ ਬੱਚੇ ਵੀ ਨਹੀਂ ਸੇਫ, ਕਿਉਂਕਿ ਜਿਹੜੇ ਹਫਸ ਦੀ ਭੁੱਖ ਆ ਬੰਦੇ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ, ਇਸ ਦਾ ਅੰਦਾਜ਼ਾ ਤੁਹਾਨੂੰ ਮੇਰੇ ਨਾਲ ਪੀੜਿਤ ਪਰਿਵਾਰ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਹੀ ਪਤਾ ਲੱਗ ਜਾਊਗਾ। ਪੂਰੀ ਕਹਾਣੀ ਵਾਸਤੇ ਆਪਾਂ ਗੱਲਬਾਤ ਕਰਦੇ ਹਾਂ ਪੀੜਿਤ ਪਰਿਵਾਰ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ, ਜਿਹੜੀ ਇੱਕ ਘਟਨਾ ਹੋਈ ਬੱਚੇ ਦੀ, ਪਹਿਲਾਂ ਬੱਚੇ ਦੀ ਉਮਰ ਪੁੱਛ ਲਈਏ, ਤੁਹਾਡੇ ਬੱਚੇ ਦੀ ਉਮਰ ਕਿੰਨੀ ਹੈ? ਸਾਡੇ ਬੱਚੇ ਦੀ ਉਮਰ 10 ਸਾਲ। 10 ਸਾਲ, 20/10/2012 ਦਾ ਜਨਮ ਉਹਨਾਂ ਦਾ ਜੀ। ਕਿਵੇਂ ਘਟਨਾ ਹੋਈ ਇਹ? ਇਹ ਸਾਡੇ ਅੱਜ 2 ਦਿਨ ਪਹਿਲਾਂ ਦੀ ਗੱਲ ਆ ਜੀ। ਅਤੇ ਸਾਡਾ ਮੁਹੱਲੇ 'ਚ ਕੋਈ ਪਾਰ ਸੀਗਾ ਕਿਸੇ ਦੇ, ਵੀ ਸਾਰੇ ਲੋਕ ਉੱਧਰ ਬਿਜ਼ੀ ਸੀਗੇ ਜੀ। ਅਤੇ ਸਾਡੇ ਬੱਚਾ ਮੇਰੇ ਤੋਂ ਪੈਸੇ ਲੈ ਕੇ ਕੁਰਕਰੇ ਲੈਣ ਗਿਆ, ਹੱਟੀ ਦੇ ਵਿੱਚ ਕੁਰਕਰੇ ਲੈਣ ਗਿਆ ਜਾ ਰਿਹਾ ਸੀ ਜੀ। ਅਤੇ ਪੰਜ ਸੱਤ ਘਰ ਸਾਡੇ ਗਏ, ਘਰ ਸਾਡੇ ਦਾ ਖੱਬੇ ਹੱਥ ਜੀ, ਅਤੇ ਉਹਨਾਂ ਦੇ ਮੁੰਡੇ ਨੇ ਮੇਰੇ ਬੱਚੇ ਨੂੰ ਜਾਂਦੇ ਨੂੰ ਅੰਦਰ ਬਾਂਹ ਫੜ ਕੇ ਖਿੱਚ ਲਿਆ ਜੀ। ਦੋਨਾਂ ਦੇ ਘਰ 'ਚ ਕੋਈ ਨਹੀਂ ਸੀਗਾ ਜੀ, ਅਤੇ ਮੇਰੇ ਬੱਚੇ ਨਾਲ ਉਹਨਾਂ ਨੇ ਉਹਦਾ ਮੂੰਹ ਬੰਨ ਕੇ ਜੀ ਵੀ ਮਾੜੇ ਕਰਮ ਕੀਤਾ ਉਹਨੇ। ਅੱਛਾ ਜੀ। ਅਤੇ ਉਦੋਂ ਬਾਅਦ 'ਚ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਜੀ। ਅਸੀਂ ਕਿਹਾ ਵੀ ਸ਼ਾਇਦ, ਜਦੋਂ ਘਰ ਆਇਆ ਬੱਚਾ ਕਹਿੰਦਾ ਵੀ ਮੈਨੂੰ ਲੈਟ ਰਾਹੀਂ ਖੂਨ ਆ ਰਿਹਾ ਜੀ, ਤਾਂ ਅਸੀਂ ਦੇਖਿਆ ਵੀ ਅਸੀਂ ਕਿਹਾ ਸ਼ਾਇਦ ਵੀ ਇਹ ਇਹਨੂੰ ਜਾਂ ਤਾਂ ਬਾਬਾ ਸਿਰ ਹੋ ਗਈ ਜੀ, ਬਿਲਕੁਲ, ਜਾਂ ਕੋਈ ਫੋੜਾ ਫੈਂਸੀ ਇਹਦੇ, ਅਤੇ ਬੱਚੇ ਨੇ ਡਰਦੇ ਨੂੰ ਦੱਸਿਆ ਨਹੀਂ ਸਾਨੂੰ ਜੀ। ਅਸੀਂ ਦੇਖਦੇ ਰਹੇ ਵੀ ਜਦੋਂ ਸਾਨੂੰ ਪਤਾ ਲੱਗਿਆ ਦੂਜੇ ਦਿਨ, ਅਤੇ ਮੈਂ ਘਰੇ ਹੈ ਨਹੀਂ, ਮੇਰੀ ਇਹਨੇ ਘਰ ਘਰਦਿਆਂ ਨੂੰ ਦੱਸਿਆ ਜੀ ਵੀ ਮੰਮਾ ਮਿਲਣਾ ਵਿਆਹ ਮੁੰਡੇ ਨੇ ਸੋਨੂੰ ਨੇ, ਸਾਡੇ ਮੁਹੱਲੇ 'ਚ ਰਹਿੰਦਾ ਭੋਲਾ ਮਿਸਤਰੀ, ਉਹਦਾ ਮੁੰਡਾ ਸੋਨੂੰ ਜੀ, ਅਤੇ ਵਿਆਹ ਮੁੰਡੇ ਨੇ ਮਿਲਣਾ ਹਰਕਤ ਕੀਤੀ ਆ ਜੀ। ਫਿਰ ਅਸੀਂ ਉਦੋਂ ਬਾਅਦ 'ਚ ਜਦੋਂ ਦੇਖਿਆ ਵੀ ਇਹ ਆਹ ਹਰਕਤ ਹੋਈ ਆ, ਫਿਰ ਅਸੀਂ SSP ਸਾਹਿਬ ਵਾਲੇ ਪੇਸ ਹੋਏ ਜੀ, ਕਚਹਿਰੀਆਂ ਹਸਪਤਾਲ ਗਏ ਪਹਿਲਾਂ ਜੀ। ਹਸਪਤਾਲ ਵਾਲਿਆਂ ਸਾਨੂੰ ਕਿਹਾ ਵੀ ਉਹ ਕਹਿੰਦੇ ਪਹਿਲਾਂ ਪੁਲਿਸ ਰਿਪੋਰਟ ਹੋ ਗਈ, ਫਿਰ ਬੱਚੇ ਨੂੰ ਅਸੀਂ ਸਾਂਭਾਂਗੇ ਜੀ। ਬੱਚੇ ਦਾ ਮੈਡੀਕਲ, ਹਾਂ ਮੈਡੀਕਲ ਹੋਣਾ ਜ਼ਰੂਰੀ ਆ ਪਹਿਲੇ। ਸੋਰੀ, ਮਾਫੀ ਚਾਹੁੰਦਾ, ਮੈਂ ਦਰਸ਼ਕਾਂ ਨੂੰ ਇੱਥੇ ਜਾਣਕਾਰੀ ਵਿੱਚ ਵਾਧਾ ਕਰ ਦਿੰਦਾ ਕਿ ਦੋਸ਼ੀ ਦੇ ਖਿਲਾਫ਼ ਸਿੰਘੀਨ ਧਰਾਵਾਂ ਦਾ ਪਰਚਾ ਦਰਜ ਹੋ ਚੁੱਕਿਆ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਆ, ਜਿਸ ਨੂੰ ਦੋਸ਼ੀ ਨੂੰ ਪੁਲਿਸ ਨੇ ਜੇਲ੍ਹ ਵੀ ਭੇਜ ਦਿੱਤਾ। ਅੱਛਾ ਜੀ। ਅਤੇ ਉਦੋਂ ਬਾਅਦ 'ਚ ਅਸੀਂ SSP ਸਾਹਿਬ ਕੋਲ ਗਏ ਜੀ, ਅਤੇ ਜਿੱਦਣ ਦੇ ਯਾਨੀ ਕਿ ਉਹਨਾਂ ਨੇ ਸਾਡੀ ਬੜੀ ਵਧੀਆ ਗੱਲ ਸੁਣੀ ਜੀ, ਆਉਣ ਦਾ ਸਪੋਰਟ ਮਿੰਟਾਂ 'ਚ ਦੀ, ਉਹਨਾਂ ਨੇ ਕਾਰਵਾਈ ਪਾ ਕੇ ਸਾਰਾ ਪਰਚਾ ਕਰਕੇ ਸਾਨੂੰ ਇਨਸਾਫ ਦਿੱਤਾ ਜੀ, ਅਤੇ ਸਾਰਾ ਕਾਰਵਾਈ ਪੂਰੀ ਕਰਕੇ ਬੱਚੇ ਨੂੰ ਮੁੰਡੇ ਨੂੰ। ਕਹਿਣਾ ਚਾਹੋਗੇ ਜਿਹੇ ਸਮਾਜ 'ਤੇ ਜਿੱਥੇ ਅੱਜ ਆਹ ਹਾਲਾਤ ਆ ਪੰਜਾਬ ਦੇ ਵਿੱਚ, ਕਿਤੇ ਤਾਂ ਧੀਆਂ ਨਹੀਂ ਸੇਫ, ਹੁਣ ਬੱਚਿਆਂ ਨੂੰ ਵੀ ਦਿਨੋਂ ਦਿਨ ਕਿਡਨੈਪ ਵੀ ਹੋ ਰਹੇ ਆ ਬੱਚੇ, ਅੱਜ ਬੱਚੇ ਨਾਲ ਅਜਿਹੀ ਘਟਨਾ ਹੋ ਗਈ। ਇੱਥੇ ਇਹੀ ਸੰਦੇਸ਼ ਦੇਵਾਂਗੇ ਵੀ ਜਿਹੜੇ ਆਪਣੇ ਬੱਚੇ ਆ ਅੱਜ ਕੱਲ੍ਹ ਸਿੱਖ ਦੇ ਵੀ ਭਰੋਸਾ ਨਾ ਕਰਨ ਜੀ, ਕਿਉਂਕਿ ਇਹ ਵੀ ਸਾਡੇ ਆਪਦੇ ਸਕੇ ਹੀ ਆ। ਅੱਛਾ ਜੀ। ਆਪਣੇ ਜੋ ਹੀ ਆ ਜੀ, ਅਤੇ ਅੱਜ ਕੱਲ੍ਹ ਕੋਈ ਯਕੀਨ ਹੈ ਨਹੀਂ ਆਪਣੇ ਬੱਚੇ ਨਾ ਇਕੱਲੇ ਭੇਜਣ ਨਾ ਇਕੱਲੇ ਛੱਡਣ ਜੀ, ਅਤੇ ਪੂਰੀ ਦੇਖਭਾਲ ਕਰਨ, ਦੇਖ ਵੀ ਕਿੱਥੇ ਜਾ ਰਿਹਾ ਕਿੱਥੇ ਬੈਠ ਰਿਹਾ ਜੀ, ਅਤੇ ਸਾਰਾ ਵੀ ਦੇਖਭਾਲ ਨਿਗਰਾਨੀ 'ਚ ਰੱਖਣ ਬੱਚੇ ਨੂੰ ਜੀ, ਅਤੇ ਉਦੋਂ ਬਾਅਦ ਇਹ ਆਪਣੇ 'ਤੇ ਕਦੇ ਯਕੀਨ ਨਾ ਕਰਨ ਜੀ। ਮੇਰੇ ਨਾਲ ਹੋਰ ਵੀ ਇੱਥੇ ਮੁਹੱਲੇ ਦੇ ਵਾਸੀ ਨੇ, ਉਹਨਾਂ ਨੇ ਵੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਜੀ ਦਿਆਲ ਸਿੰਘ ਹੈ ਜੀ।
ਦਿਆਲ ਸਿੰਘ ਜੀ ਬੱਚੇ ਦੇ ਕੀ ਲੱਗਦੇ ਹੋ ਤੁਸੀਂ? ਮੈਂ ਤਾਂ ਐ ਲੱਗਦਾ ਜੀ ਸਕਾ ਸਕਾ ਤਾਂ ਐ ਲੱਗਦੇ ਹੋ ਠੀਕ ਆ। ਕਿਵੇਂ ਵੇਖਦੇ ਹੋ ਇਸ ਘਟਨਾ ਨੂੰ ਪਹਿਲਾਂ ਤਾਂ ਇਹ ਦੱਸੋ। ਇਹ ਤਾਂ ਜੀ ਮੈਂ ਹੰਬੜਾ ਸੀਗਾ ਜਿਸ ਟਾਈਮ ਮੈਨੂੰ ਫੋਨ ਗਿਆ ਵਾ ਜੀ। ਇਹ ਜਿਹੜਾ ਲੜਕਾ ਵਾ ਜਿਹਦੇ ਨਾਲ ਇਹ ਬਦਫੈਲੀ ਹੋਈ ਆ ਜੀ, ਉਹਦੀ ਭੂਆ ਆਈ ਹੋਈ ਸੀਗੀ ਜੀ, ਉਹਨੇ ਮੈਨੂੰ ਫੋਨ ਲਾਇਆ ਵੀ ਆਹ ਗੱਲਬਾਤ ਹੋ ਗਈ। ਮੈਂ ਹੰਬੜਾ ਤੋਂ ਜਦੀ ਵਾਪਸ ਆਇਆ ਜਗਰਾਉਂ ਜੀ, ਤੇ ਮੈਂ ਜਗਰਾਉਂ ਆਇਆ ਫਿਰ ਅਸੀਂ SSP ਸਾਹਿਬ ਦੇ ਗਏ ਐਪਲੀਕੇਸ਼ਨ ਲਿਖਾ ਕੇ ਜੀ। ਪਹਿਲਾਂ ਹਸਪੀਟਲ ਗਏ ਸੀ, ਉਹ ਕਹਿੰਦੇ ਵੀ ਪਹਿਲਾਂ ਪੁਲਿਸ ਕਾਰਵਾਈ ਕਰੋ ਜੀ। SSP ਸਾਹਿਬ ਨੇ ਬਹੁਤ ਵਧੀਆ ਸਾਡੀ ਗੱਲਬਾਤ ਸੁਣੀ, ਸਾਨੂੰ ਆਪਣੀ ਗੱਡੀ ਦੇ ਵਿੱਚ ਜਿਪਸੀ ਦੇ ਵਿੱਚ ਮੁਲਾਜ਼ਮ ਭੇਜ ਕੇ ਸਾਨੂੰ ਸਿਟੀ ਥਾਣੇ ਭੇਜਿਆ। ਸਿਟੀ ਥਾਣੇ ਫੋਨ ਕੀਤਾ, SHO ਸਾਹਿਬ ਦਾ ਨਾਕਾ ਲੱਗਿਆ ਸੀ, ਉਹ ਥਾਣੇ ਪਹੁੰਚ ਗਏ। ਫਿਰ ਉਹਨਾਂ ਨੇ ਗੁਰਸੇਵਕ ਸਿੰਘ ਬੱਸ ਅੱਡੇ ਚੌਂਕੀ ਇੰਚਾਰਜ ਆ ਉਹਨੂੰ ਬੁਲਾਇਆ। ਫਿਰ ਉਹਨਾਂ ਨੇ ਸਾਡੀ ਸਾਰੀ ਗੱਲਬਾਤ ਸੁਣ ਕੇ ਪਹਿਲਾਂ SHO ਸਾਹਿਬ ਕਹਿੰਦੇ ਇਹਨਾਂ ਦਾ ਪਰਚਾ ਕਰੋ, ਨਾਲ ਹੀ ਪਹਿਲਾਂ ਉਹਨੂੰ ਚੱਕ ਕੇ ਲੈ ਕੇ ਆਓ। ਪਹਿਲਾਂ ਉਹ ਮੁਹੱਲੇ ਜੀਵਨ ਨਗਰ ਦੇ ਵਿੱਚੋਂ ਭੋਲੇ ਦਾ ਮੁੰਡਾ ਸੋਨੂ ਆ, ਸਿੱਧਾ ਨਾਂ ਤਾਂ ਨਹੀਂ ਗਾ ਤੇ ਛੋਟੇ ਨਾਮ। ਉਸਦੀ ਉਮਰ ਕਿੰਨੀ ਆ ਸੋਨੂ ਦੀ ਉਮਰ ਕਿੰਨੀ? ਸੋਨੂ ਦਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਅੱਜ ਸਰਟੀਫਿਕੇਟ ਸਕੂਲ ਦੇ ਵਿੱਚ ਸੀਗਾ ਪੰਜਾਬ ਬੋਰਡ ਦਾ, ਉਹਦੇ ਉੱਤੇ 2007 ਦੀ ਮਤਲਬ ਲਿਖਿਆ ਹੋਇਆ ਵਾ ਜੀ। ਤੇ ਬਾਕੀ ਪਤਾ ਨਹੀਂ ਗਾ, ਉਹਦਾ ਸਰਟੀਫਿਕੇਟ ਦਿਖਾਇਆ ਸੀਗਾ ਸਰਨਜੀਤ ਸਿੰਘ ਨੇ ਜੀ, ਜਿਹੜਾ ਤੁਰਤੀ ਸੀ ਅਫਸਰ ਸੀ ਜਿਹੜਾ ਸਾਡੇ ਨਾਲ ਗਿਆ ਸੀ ਜੀ। ਉਹ ਫਿਰ ਬੱਚੇ ਦਾ ਮੈਡੀਕਲ ਕਰਵਾਇਆ ਗਿਆ ਵਾ ਜੀ, ਤੇ ਫਿਰ ਅਸੀਂ ਹਸਪੀਟਲ ਚਲੇ ਗਏ। ਹਸਪੀਟਲ ਬਹੁਤ ਟਾਈਮ ਲੱਗ ਗਿਆ, ਡਾਕਟਰ ਸਾਹਿਬ ਦੀ ਰਾਤ ਦੀ ਨਾਈਟ ਸੀ। ਫਿਰ ਉਹਨੂੰ ਬੁਲਾਇਆ ਗਿਆ SMO ਸਾਹਿਬ ਨੇ, ਫਿਰ ਸਾਡੇ ਉਹਨਾਂ ਨੇ ਬੱਚੇ ਦਾ ਮੈਡੀਕਲ ਕੀਤਾ ਗਿਆ। ਫਿਰ ਸਾਨੂੰ ਫਿਰ ਉਹ ਸਾਨੂੰ ਕਹਿੰਦੇ ਵੀ ਤੁਸੀਂ ਜਾਓ ਵੀ ਬੱਚੇ ਨੂੰ ਪਰਸ ਤੁਹਾਨੂੰ ਜੱਜ ਦੇ ਜੱਜ ਸਾਹਿਬ ਦੇ ਬਿਆਨ ਕਰਵਾਵਾਂਗੇ ਵੀ ਨਾਲੇ ਕੱਲ੍ਹ ਨੂੰ ਬੱਚੇ ਦੀਆਂ ਪਾਸਪੋਰਟ ਸਾਈਜ਼ ਫੋਟੋਆਂ ਲਿਆਇਓ। ਸਾਨੂੰ ਕਹਿੰਦੇ ਤੁਸੀਂ ਜਾਓ, ਅਤੇ ਫਿਰ ਅਸੀਂ ਵੀ ਇਹਨੂੰ ਜੁਆਇਨਲ ਕੋਰਟ 'ਚ ਪੇਸ਼ ਕਰਕੇ ਅਸੀਂ ਇਹਨੂੰ ਜੇਲ੍ਹ ਭੇਜ ਦੇਣਾ ਮੁੰਡੇ ਨੂੰ ਉਸ ਨੂੰ ਜੀ। ਅਸੀਂ ਤਾਂ ਇਹੀ ਗੱਲ ਕਹਿੰਦੇ ਹਾਂ ਜੀ, ਜਿਹੜਾ ਇਹ ਬੱਚੇ ਅੱਜ ਕੱਲ੍ਹ ਸੁਰੱਖਿਅਤ ਨਹੀਂ ਗੇ, ਬੱਚਿਆਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ, ਕਿਸੇ ਦੇ ਘਰੇ ਨਹੀਂ ਜਾਣ ਦੇਣਾ ਚਾਹੀਦਾ ਗਾ। ਅੱਜ ਕੱਲ੍ਹ ਕੋਈ ਪਤਾ ਨਹੀਂ ਗਾ, ਜਿਹੜੇ ਹਿਸਾਬ ਨਾਲ ਇਹ ਲੜਕਾ ਜਾ ਰਿਹਾ, ਮੈਨੂੰ ਦੱਸਿਆ ਕਹਿੰਦਾ ਤਾਇਆ ਮੈਂ ਕੁਰਕਰੇ ਲੈਣ ਜਾ ਰਿਹਾ ਸੀਗਾ, ਕਹਿੰਦਾ ਮੈਨੂੰ ਉਹ ਆਪਣੇ ਦਰਾਂ ਦੇ ਵਿੱਚੋਂ ਅੰਦਰ ਲੈ ਗਿਆ, ਫਿਰ ਇਹਨੇ ਮੇਰੇ ਮੂੰਹ 'ਤੇ ਕੱਪੜਾ ਪਾਇਆ। ਮੈਂ ਕਹਿੰਦਾ ਬੋਲਣ ਦੀ ਕੋਸ਼ਿਸ਼ ਕੀਤੀ ਪਰ ਮੇਰਾ ਮੂੰਹ ਨੱਪਿਆ ਹੋਇਆ ਸੀ ਕੱਪੜੇ ਨਾਲ, ਅਤੇ ਕਹਿੰਦਾ ਫਿਰ ਉਹਨੇ ਸਾਰੀ ਗੱਲ ਦੱਸੀ ਵੀ ਮੇਰੇ ਮੇਰੇ ਨਾਲ ਗਲਤ ਕੰਮ ਕੀਤਾ। ਅਤੇ ਫਿਰ ਜਿਹੜਾ ਛੋਟਾ ਭਰਾ ਮੇਰਾ ਛੋਟਾ ਭਤੀਜਾ ਵਾ, ਅਤੇ ਉਹਦੀਆਂ ਬਾਜ਼ਾਂ ਉਹਨੂੰ ਸੁਣਦੀਆਂ ਸੀ, ਬਾਜ਼ਾਂ ਮਾਰਦਾ ਸੀ ਪਰ ਉਹਦੀ ਆਵਾਜ਼ ਇਹਨੂੰ ਨਹੀਂ ਸੁਣਦੀ ਸੀ, ਕਿਉਂਕਿ ਉਸਨੇ ਮੂੰਹ ਨੱਪਿਆ ਹੋਇਆ ਸੀ ਕੱਪੜੇ ਨਾਲ, ਕਿਉਂਕਿ ਜੇ ਉਹਦਾ ਸਾਹ ਬੰਦ ਹੋ ਜਾਂਦਾ ਬੱਚੇ ਨੂੰ ਮਾਰ ਵੀ ਸਕਦਾ ਸੀਗਾ। ਇਸ ਲਈ ਕਹਿੰਦੇ ਜੀ ਇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਹੈ। ਉਹ ਤਾਂ ਪਰਮਾਤਮਾ ਦੇ ਬੰਨੀ, ਉਹ ਚਲੋ ਉਹਦੀ ਜਾਨ ਬਚ ਗਈ, ਅਤੇ ਉਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ। ਦਰਸ਼ਕੋ, ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਪੀੜਿਤ ਪਰਿਵਾਰ ਨੇ ਆਪਣਾ ਜਿਹੜਾ ਦੁਖੜਾ ਸੀ ਕੈਮਰੇ ਦੇ ਸਾਹਮਣੇ ਰੱਖਿਆ ਕਿ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਇੱਕ ਬਦਸਲੂਕੀ ਕੀਤੀ ਗਈ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਉਸ ਦੋਸ਼ੀਆਂ 'ਤੇ ਪਰਚਾ ਵੀ ਹੋ ਗਿਆ, ਦੋਸ਼ੀ 'ਤੇ ਪਰਚਾ ਵੀ ਹੋ ਗਿਆ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਆ ਅਤੇ ਦੋਸ਼ੀ ਜੇਲ੍ਹ ਵੀ ਭੇਜ ਦਿੱਤਾ ਗਿਆ। ਪਰ ਸੋਚਣ ਵਾਲੀ ਗੱਲ ਇਹ ਕਿ ਸਮਾਜ ਕਿੱਧਰ ਨੂੰ ਚਲਿਆ ਗਿਆ, ਕਿਸ ਰਾਹ 'ਤੇ ਚੱਲ ਪਿਆ ਸਮਾਜ, ਜਿੱਥੇ ਅੱਜ ਹਫਸ ਦੀ ਭੁੱਖ ਨੇ ਰਿਸ਼ਤਿਆਂ ਨੂੰ ਵੀ ਆਪਣੇ ਰਿਸ਼ਤਿਆਂ ਨੂੰ ਧਾਰ ਧਾਰ ਕਰ ਦਿੱਤਾ।